ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀ ਵੀ ਤੇ ਮੈਂ ਹਾਂ ਜੱਜ ਸਿੰਘ ਚਾਹਲੋ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰ ਸਰਕਾਰ ਦੀ, ਜਿਸ ਦੇ ਵੱਲੋਂ ਨਵੀਂ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਅੰਦੋਲਨਕਾਰੀ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਇੱਕ ਵਾਰ ਫਿਰ ਤੋਂ ਬੇਸਿੱਟਾ ਰਹੀ ਹੈ। ਕੰਗਣਾ ਰਣੌਤ ਨੇ ਪੰਜਾਬ ਦੇ ਬਾਰੇ, ਕਿਸਾਨਾਂ ਦੇ ਬਾਰੇ ਕੁਝ ਹੋਰ ਵਿਵਾਦਿਤ ਬਿਆਨ ਦੇ ਦਿੱਤੇ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਜੰਮੂ ਕਸ਼ਮੀਰ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਦਿੱਲੀ 'ਚ ਆਪ ਨੂੰ ਝਟਕਾ ਲੱਗ ਗਿਆ ਹੈ, ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਗਿੱਦੜਬਾਹਾ ਦੇ ਵਿੱਚ ਲੱਗਾ ਹੈ, ਉਹ ਵੀ ਵੱਡਾ ਹਲਕਾ ਇੰਚਾਰਜ ਡਿੰਪੀ ਢਿੱਲੋਂ ਦੇ ਵੱਲੋਂ ਅਕਾਲੀ ਦਲ ਪਾਰਟੀ ਛੱਡ ਦਿੱਤੀ ਗਈ ਹੈ। ਰਵਨੀਤ ਬਿੱਟੂ ਦਾ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਸਨਮਾਨ ਹੋਇਆ। ਅਕਾਲੀ ਦਲ ਦੇ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। PSPCL ਦੇ ਵੱਲੋਂ, ਬਿਜਲੀ ਮਹਿਕਮੇ ਦੇ ਵੱਲੋਂ ਬਿਜਲੀ ਚੋਰਾਂ ਦੇ ਖਿਲਾਫ਼ ਸਖ਼ਤਾਈ ਕੀਤੀ ਜਾ ਰਹੀ ਹੈ। ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕੇਂਦਰ ਸਰਕਾਰ ਤੋਂ ਕਰਦੇ ਹਾਂ। ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਲਈ ਨਵੀਂ ਪੈਨਸ਼ਨ ਸਕੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਨਾਮ UPS ਰੱਖਿਆ ਗਿਆ ਹੈ। ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਕਿ 1 ਅਪ੍ਰੈਲ 2025 ਤੋਂ ਲਾਗੂ ਹੋਵੇਗੀ। ਪਹਿਲਾਂ ਪਾਰਟੀਆਂ ਦੇ ਵੱਲੋਂ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸਨ ਕਿ OPS ਲਾਗੂ ਕੀਤੀ ਜਾਵੇਗੀ, ਓਲਡ ਪੈਨਸ਼ਨ ਸਕੀਮ ਪੁਰਾਣੀ ਪੈਨਸ਼ਨ ਸਕੀਮ, ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ UPS ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਾ ਫਾਇਦਾ ਕੇਂਦਰ ਸਰਕਾਰ ਆਖਦੀ ਹੈ ਕਿ 23 ਲੱਖ ਮੁਲਾਜ਼ਮਾਂ ਨੂੰ, ਸਰਕਾਰੀ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਹੋਵੇਗਾ। ਜੇਕਰ ਸੂਬਾ ਸਰਕਾਰਾਂ ਦੇ ਵੱਲੋਂ ਵੀ ਇਸ ਸਕੀਮ ਨੂੰ ਲਿਆ ਜਾਂਦਾ ਹੈ, ਅਪਣਾਇਆ ਜਾਂਦਾ ਹੈ, ਤਾਂ ਸੂਬਾ ਸਰਕਾਰਾਂ ਦੇ ਮੁਲਾਜ਼ਮਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ। ਉਹ ਆਖਦੇ ਨੇ ਇਸ ਪੈਨਸ਼ਨ ਸਕੀਮ ਦੇ ਵਿੱਚ ਸਾਡੀ ਸਰਕਾਰ ਦੇ ਵੱਲੋਂ ਮੁੱਖ ਤੌਰ 'ਤੇ 5 ਨੁਕਤੇ ਰੱਖੇ ਗਏ ਨੇ। ਪਹਿਲਾ ਨੁਕਤਾ ਰੱਖਿਆ ਗਿਆ ਹੈ ਕਿ ਘੱਟੋ ਘੱਟ 50% ਪੈਨਸ਼ਨ ਨਿਸ਼ਚਿਤ ਕੀਤੀ ਜਾਵੇਗੀ। ਸੇਵਾ ਮੁਕਤੀ ਤੋਂ ਠੀਕ ਪਹਿਲਾਂ ਦੇ 12 ਮਹੀਨਿਆਂ ਦੀ ਤਨਖਾਹ ਦਾ ਔਸਤ ਕੱਢਿਆ ਜਾਵੇਗਾ। ਉਸ ਔਸਤ ਦੀ ਜਿਹੜੀ ਮੂਲ ਤਨਖਾਹ ਹੈ ਉਸਦਾ 50% ਪੈਨਸ਼ਨ ਵਜੋਂ ਮਿਲੇਗਾ, ਜੇਕਰ ਕਿਸੇ ਮੁਲਾਜ਼ਮ ਨੇ 25 ਸਾਲ ਦੀ ਸੇਵਾ ਪੂਰੀ ਕੀਤੀ ਹੋਵੇ। ਜੇਕਰ ਇਸ ਤੋਂ ਘੱਟ ਸਮਾਂ 10 ਸਾਲ ਤੋਂ ਵੱਧ ਅਤੇ 25 ਸਾਲ ਤੋਂ ਘੱਟ ਸਮੇਂ ਲਈ ਸੇਵਾ ਕੀਤੀ ਹੈ ਤਾਂ ਰਕਮ ਵੀ ਉਸੇ ਅਨੁਸਾਰ ਹੀ ਤੈਅ ਕੀਤੀ ਜਾਵੇਗੀ। ਦੂਜਾ ਹਿੱਸਾ ਸਥਿਰ ਪਰਿਵਾਰਕ ਪੈਨਸ਼ਨ, ਨੌਕਰੀ ਦੇ ਦੌਰਾਨ ਕਿਸੇ ਮੁਲਾਜ਼ਮ ਦੀ ਮੌਤ ਜੇਕਰ ਹੋ ਜਾਂਦੀ ਹੈ ਉਸਦੇ ਪਰਿਵਾਰ ਨੂੰ, ਯਾਨੀ ਕਿ ਪਤਨੀ ਨੂੰ 60% ਪੈਨਸ਼ਨ ਦੇ ਰੂਪ ਦੇ ਵਿੱਚ ਪੈਸਾ ਮਿਲਿਆ ਕਰੇਗਾ। ਤੀਜਾ ਹਿੱਸਾ ਘੱਟੋ ਘੱਟ ਸਥਿਰ ਪੈਨਸ਼ਨ, ਘੱਟੋ ਘੱਟ 10 ਸਾਲ ਦੀ ਸੇਵਾ ਤੱਕ, ਇਸ ਸਥਿਤੀ ਦੇ ਵਿੱਚ ਜੇਕਰ 10 ਸਾਲ ਤੱਕ ਹੀ ਸੇਵਾ ਕਰਦਾ ਹੈ ਕੋਈ ਮੁਲਾਜ਼ਮ, ਉਸ ਨੂੰ ਘੱਟੋ ਘੱਟ ₹10,000 ਪ੍ਰਤੀ ਮਹੀਨਾ ਪੈਨਸ਼ਨ ਦੇ ਵਜੋਂ ਦਿੱਤੇ ਜਾਣਗੇ। ਇਹ ਵੀ ਨੁਕਤਾ ਰੱਖਿਆ ਗਿਆ ਹੈ। ਚੌਥਾ ਨੁਕਤਾ ਮਹਿੰਗਾਈ ਦਾ ਰੱਖਿਆ ਗਿਆ, ਮਹਿੰਗਾਈ ਦਾ ਸੂਚਕਾਂਕ ਵੀ ਵਿੱਚ ਸ਼ਾਮਿਲ ਕੀਤਾ ਜਾਇਆ ਕਰੇਗਾ ਜਦੋਂ ਪੈਨਸ਼ਨ ਨਿਰਧਾਰਿਤ ਕੀਤੀ ਜਾਵੇਗੀ। ਭਾਵ ਮਹਿੰਗਾਈ ਨੂੰ ਵੀ ਨਜ਼ਰ ਦੇ ਵਿੱਚ ਰੱਖੇਗੀ ਸਰਕਾਰ ਜਦੋਂ ਪੈਨਸ਼ਨ ਤੈਅ ਕਰੇਗੀ। ਪੰਜਵਾਂ ਹਿੱਸਾ ਇਹ ਰੱਖਿਆ ਗਿਆ ਹੈ, ਨੌਕਰੀ ਛੱਡਣ 'ਤੇ ਇੱਕ ਮੁਸ਼ਤ ਰਾਸ਼ੀ ਦਿੱਤੀ ਜਾਵੇਗੀ, ਹਰ 6 ਮਹੀਨਿਆਂ ਦੀ ਸੇਵਾ 'ਤੇ ਮੂਲ ਤਨਖਾਹ ਅਤੇ ਮਹਿੰਗਾਈ ਭੱਤੇ ਦੇ 10ਵੇਂ ਹਿੱਸੇ ਵਜੋਂ ਗਿਣਿਆ ਜਾਵੇਗਾ। ਇਸ ਰਾਸ਼ੀ ਨਾਲ ਮੁਲਾਜ਼ਮਾਂ ਦੀ ਪੱਕੀ ਪੈਨਸ਼ਨ 'ਤੇ ਕੋਈ ਵੀ ਅਸਰ ਨਹੀਂ ਪਵੇਗਾ। ਇਹ 5 ਨੁਕਤੇ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਰੱਖੇ ਨੇ ਕੇਂਦਰ ਸਰਕਾਰ ਨੇ। ਕਾਂਗਰਸ ਪਾਰਟੀ ਦੇ ਵੱਲੋਂ ਇਸ 'ਤੇ ਚੁਟਕੀ ਲਈ ਗਈ ਹੈ। ਕਾਂਗਰਸ ਪਾਰਟੀ ਨੇ ਆਖਿਆ ਜੋ UPS, ਇਸ ਦੇ ਵਿੱਚ ਜਿਹੜਾ ਯੂ ਹੈ ਉਹ ਹੈ ਕੇਂਦਰ ਸਰਕਾਰ ਦੇ U-turn, ਕਿਉਂਕਿ ਇਹ ਸਰਕਾਰ ਐਲਾਨ ਬਹੁਤ ਕਰਦੀ ਹੈ ਪਰ ਬਾਅਦ ਦੇ ਵਿੱਚ U-turn ਮਾਰ ਜਾਂਦੀ ਹੈ। ਕਾਂਗਰਸ ਪਾਰਟੀ ਦੇ ਵੱਲੋਂ ਇਹ ਤਿੱਖੀ ਟਿੱਪਣੀ ਕੇਂਦਰ ਸਰਕਾਰ ਦੀ ਇਸ ਪੈਨਸ਼ਨ ਸਕੀਮ 'ਤੇ ਕੀਤੀ ਗਈ ਹੈ।
ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਪਿਛਲੇ ਲਗਭਗ 6 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦਾ ਸ਼ੰਭੂ ਬਾਰਡਰ ਬੰਦ ਪਿਆ ਏ। ਮਸਲਾ ਅਦਾਲਤਾਂ 'ਚ ਪਹੁੰਚਿਆ। ਅਦਾਲਤਾਂ ਨੇ ਹੁਕਮ ਦਿੱਤੇ ਨੇ ਕਿ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਬਾਰਡਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੇ। ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ ਜੋ ਬੇਸਿੱਟਾ ਰਹੀ ਸੀ। ਇੱਕ ਹੋਰ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ ਨੇ ਅਤੇ ਕਿਸਾਨ ਆਗੂਆਂ ਦੇ ਨਾਲ ਬੈਠਕ ਕੀਤੀ ਗਈ ਅਤੇ ਬੈਠਕ ਇਹ ਵੀ ਬੇਸਿੱਟਾ ਰਹੀ ਹੈ। ਜਿੰਨੀਆਂ ਵੀ ਬੈਠਕਾਂ ਹੋਣਗੀਆਂ ਜੇਕਰ ਇਸੇ ਤਰੀਕੇ ਨਾਲ ਹੀ ਹੁੰਦੀਆਂ ਨੇ ਉਹ ਬੇਸਿੱਟਾ ਹੀ ਰਹਿਣਗੀਆਂ। ਅਜਿਹੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਗੱਲ ਕੀ ਹੈ, ਪ੍ਰਸ਼ਾਸਨ ਆਖਦਾ ਹੈ ਅਸੀਂ ਬਾਰਡਰ ਖੋਲ੍ਹ ਦਿੰਦੇ ਹਾਂ, ਤੁਸੀਂ ਦਿੱਲੀ ਨਾ ਜਾਇਓ, ਤੁਸੀਂ ਇੱਥੇ ਬੈਠੇ ਰਹੋ ਜਾਂ ਫਿਰ ਘਰਾਂ ਨੂੰ ਚਲੇ ਜਾਓ। ਪ੍ਰਸ਼ਾਸਨ ਅਸਿੱਧੇ ਢੰਗ ਨਾਲ ਕਿਸਾਨਾਂ ਨੂੰ ਇਹ ਆਖ ਰਿਹਾ ਹੈ, ਕਿਸਾਨ ਸਿੱਧੇ ਢੰਗ ਨਾਲ ਹੀ ਆਖੀ ਜਾਂਦੇ ਨੇ, ਖੋਲ੍ਹੋ ਤਾਂ ਸਹੀ, ਅਸੀਂ ਜਾਣਾ ਦਿੱਲੀ, ਗੱਜ ਵੱਜ ਕੇ ਜਾਵਾਂਗੇ, ਅਸੀਂ ਇੱਥੇ ਬੈਠਣ ਲਈ ਨਹੀਂ ਆਏ, ਬੈਠੇ ਤਾਂ ਆ, ਤੁਸੀਂ ਰਸਤਾ ਬੰਦ ਕੀਤਾ ਹੋਇਆ ਹੈ, ਖੋਲ੍ਹੋ, ਅਸੀਂ ਤਾਂ ਟਰੈਕਟਰ ਟਰਾਲੀਆਂ ਲੈ ਕੇ ਧੂੜਾਂ ਪੱਟਦੇ ਦਿੱਲੀ ਵੱਲ ਨੂੰ ਜਾਵਾਂਗੇ, ਜੋ ਸਾਡਾ ਮਕਸਦ ਹੈ ਦਿੱਲੀ ਅੰਦੋਲਨ ਭਾਗ ਦੂਜਾ ਕਰਨਾ, ਅਸੀਂ ਤਾਂ ਜਾਵਾਂਗੇ। ਜਦੋਂ ਕਿਸਾਨ ਇਹ ਗੱਲ ਆਖ ਦਿੰਦੇ ਨੇ ਅਸੀਂ ਜਾਵਾਂਗੇ, ਬੈਠਕ ਬੇਸਿੱਟਾ ਰਹਿੰਦੀ ਹੈ। ਇੱਕ ਵਾਰ ਫਿਰ ਤੋਂ ਇਹ ਬੈਠਕ ਬੇਸਿੱਟਾ ਰਹੀ ਹੈ। ਅੱਗੇ ਵੱਧਦੇ ਹਾਂ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਕੰਗਣਾ ਰਣੌਤ ਜਦੋਂ ਬੀਜੇਪੀ ਦੇ ਆਗੂ ਨਹੀਂ ਬਣੇ ਸਨ ਉਦੋਂ ਵੀ ਉਹਨਾਂ ਦੇ ਵੱਲੋਂ ਪੰਜਾਬ ਅਤੇ ਕਿਸਾਨਾਂ ਦੇ ਬਾਰੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਸੀ। ਹੁਣ ਉਹ ਬੀਜੇਪੀ ਦੇ MP ਬਣ ਗਏ ਨੇ, ਹੁਣ ਉਹਨਾਂ ਦੇ ਵੱਲੋਂ ਆਪਣੇ ਵਿਵਾਦਿਤ ਬਿਆਨ ਪੰਜਾਬ ਦੇ ਬਾਰੇ, ਕਿਸਾਨਾਂ ਦੇ ਬਾਰੇ ਹੋਰ ਵੀ ਵਧਾ ਦਿੱਤੇ ਗਏ ਨੇ। ਦੈਨਿਕ ਭਾਸਕਰ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਖਿਆ ਜੋ ਕੁਝ ਉੜਤਾ ਪੰਜਾਬ ਦੇ ਵਿੱਚ ਵਿਖਾਇਆ ਗਿਆ ਸੀ ਫਿਲਮ ਦੇ ਵਿੱਚ ਉਹ ਸਾਰਾ ਕੁਝ ਸੱਚ ਹੈ। ਡਰੱਗ ਮਾਫੀਆ ਪੰਜਾਬ ਦੇ ਵਿੱਚ ਵੱਧ ਫੁੱਲ ਰਿਹਾ ਹੈ, ਧਰਮ ਪਰਿਵਰਤਨ ਕਰਨ ਵਾਲੇ ਵੱਧ ਫੁੱਲ ਰਹੇ ਨੇ ਅਤੇ ਖਾਲਿਸਤਾਨੀ ਗੈਂਗ ਵੱਧ ਫੁੱਲ ਰਿਹਾ ਹੈ ਅਤੇ ਇਹਨਾਂ ਸਾਰਿਆਂ ਦੇ ਵੱਲੋਂ ਹੀ ਮੇਰੀ ਫਿਲਮ ਐਮਰਜੈਂਸੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕੰਗਣਾ ਰਣੌਤ ਨੇ ਰੱਜ ਕੇ ਭੜਾਸ ਕੱਢੀ। ਉਹਨਾਂ ਨੇ ਇਹ ਵੀ ਆਖਿਆ ਜਿਹੜਾ ਪਿਛਲਾ ਕਿਸਾਨੀ ਅੰਦੋਲਨ ਚਲਾਇਆ ਸੀ ਉਸ ਦੇ ਵਿੱਚ ਕਿਸਾਨਾਂ ਨੇ ਬਲਾਤਕਾਰ ਕੀਤੇ, ਕਤਲ ਕੀਤੇ, ਇਹ ਤਾਂ ਬੰਗਲਾਦੇਸ਼ ਬਣਾਉਣ ਨੂੰ ਫਿਰਦੇ ਸੀ ਪੰਜਾਬ ਨੂੰ, ਭਾਰਤ ਨੂੰ, ਉਹ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਸਿਆਣਪ ਵਰਤ ਕੇ ਚੰਗੇ ਭਲੇ ਖੇਤੀ ਕਾਨੂੰਨ ਵਾਪਸ ਲੈ ਲਏ। ਵੇਖ ਲਓ ਇਹ ਫਿਰ ਬੈਠੇ ਅੰਦੋਲਨ 'ਤੇ, ਖੇਤੀ ਕਾਨੂੰਨ ਵਾਪਸ ਹੋਣ ਦੇ ਬਾਵਜੂਦ ਇਹ ਫਿਰ ਬੈਠੇ ਨੇ, ਇਹਨਾਂ ਦੀ ਪਲੈਨਿੰਗ ਕੁਝ ਹੋਰ ਹੈ, ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਬਹੁਤ ਵੱਡੇ ਵੱਡੇ ਇਲਜ਼ਾਮ ਪੰਜਾਬੀਆਂ 'ਤੇ ਅਤੇ ਕਿਸਾਨਾਂ 'ਤੇ ਕੰਗਣਾ ਰਣੌਤ ਦੇ ਵੱਲੋਂ ਲਾ ਦਿੱਤੇ ਗਏ, ਜਿਸ ਤੋਂ ਬਾਅਦ ਪੋਲੀਟੀਕਲ ਪਾਰਟੀਆਂ ਦੀਆਂ ਵੀ ਪ੍ਰਤੀਕਿਰਿਆ ਇਸ ਦੇ ਸਾਹਮਣੇ ਆਈਆਂ ਨੇ ਅਤੇ ਕਿਸਾਨ ਆਗੂ ਵੀ ਬੋਲੇ ਨੇ। ਡਾਕਟਰ ਰਾਜਕੁਮਾਰ ਵੇਰਕਾ ਕਾਂਗਰਸੀ ਆਗੂ ਨੇ, ਉਹਨਾਂ ਨੇ ਤਾਂ ਭਗਵੰਤ ਮਾਨ ਦੇ ਅੱਗੇ ਮੰਗ ਰੱਖੀ ਹੈ, ਕੰਗਣਾ ਬਹੁਤ ਬੋਲਦੀ ਹੈ, ਗਲਤ ਬੋਲਦੀ ਹੈ, NSA ਲਾਓ, ਅਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੋ। ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਇਹ ਮੰਗ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਇਸ 'ਤੇ ਵੀ NSA ਲਾ ਦਿਓ, ਉਸ 'ਤੇ ਵੀ NSA ਲਾ ਦਿਓ, ਅਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿਓ, ਅਤੇ ਕੰਗਣਾ ਦੇ ਬਾਰੇ ਵੀ ਡਾਕਟਰ ਰਾਜਕੁਮਾਰ ਵੇਰਕਾ ਦੇ ਵੱਲੋਂ ਇਹੀ ਮੰਗ ਰੱਖ ਦਿੱਤੀ ਗਈ ਹੈ। ਕਿਸਾਨ ਆਖਦੇ ਨੇ ਕੋਈ ਫਾਇਦਾ ਨਹੀਂ ਇਸ ਦੀ ਗੱਲ ਦਾ ਜਵਾਬ ਦੇਣ ਦਾ, ਇਹ ਤਾਂ ਮੂਹਰਾ ਹੈ, ਇਹ ਸਾਰੀਆਂ ਗੱਲਾਂ ਤਾਂ BJP ਦੇ ਵੱਲੋਂ ਆਖੀਆਂ ਜਾਂਦੀਆਂ ਨੇ। BJP ਨੇ ਜਵਾਬ ਦਿੱਤਾ, ਪੰਜਾਬ ਭਾਜਪਾ ਨੇ ਪੱਲਾ ਹੀ ਝਾੜ ਲਿਆ। ਹਰਜੀਤ ਗਰੇਵਾਲ ਆਖਦੇ ਨੇ ਅੱਗ ਲਾਉਣ ਵਾਲੀਆਂ ਗੱਲਾਂ ਕੰਗਣਾ ਨੂੰ ਨਹੀਂ ਕਰਨੀਆਂ ਚਾਹੀਦੀਆਂ, ਪਹਿਲਾਂ ਹੀ ਵਿਵਾਦਿਤ ਫਿਲਮ ਬਣਾ ਦਿੱਤੀ, SGPC ਨਾਲ ਗੱਲ ਨਹੀਂ ਕੀਤੀ ਅਤੇ ਹੁਣ ਪਿਛਲੀਆਂ ਗੱਲਾਂ ਕਰਕੇ ਇੱਕ ਵਾਰ ਫਿਰ ਤੋਂ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਬਿਲਕੁਲ ਠੀਕ ਨਹੀਂ ਹੈ। ਅਸੀਂ ਭਾਜਪਾ ਵਾਲੇ ਇਸ ਦੇ ਨਾਲ ਸਹਿਮਤ ਨਹੀਂ ਆ, ਇਹ ਕੰਗਣਾ ਰਣੌਤ ਦੇ ਨਿੱਜੀ ਬਿਆਨ ਹਨ, ਪੰਜਾਬ ਭਾਜਪਾ ਦੇ ਵੱਲੋਂ ਨਿੱਜੀ ਬਿਆਨ ਵਾਲਾ ਬਿਆਨ ਦੇ ਕੇ ਪੱਲਾ ਝਾੜ ਲਿਆ ਗਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ, ਉਹ ਬਾਹਰ ਹਨ, ਜੇਲ੍ਹ ਤੋਂ ਬਾਹਰ ਨੇ।
ਹੁਣ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਨਾਲ ਉਹਨਾਂ ਦੇ ਮੌਜੂਦ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਸਭ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਦੁਰਗਿਆਣਾ ਮੰਦਿਰ ਵੀ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ, ਸੀਸ ਝੁਕਾਇਆ ਗਿਆ। ਉਸ ਤੋਂ ਬਾਅਦ ਅਟਾਰੀ ਵਾਹਗਾ ਸਰਹੱਦ 'ਤੇ ਝੰਡਾ ਲਾਉਣ ਦੀ ਰਸਮ ਵੇਖਣ ਲਈ, ਰਿਟਰੀਟ ਸੈਰਮਨੀ ਵੇਖਣ ਲਈ ਵੀ ਇਹ ਤਮਾਮ ਆਗੂ ਪਹੁੰਚੇ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਦੇ ਵਿੱਚ ਮੰਤਰੀ, ਉਹ ਵੀ ਇਹਨਾਂ ਦੋਵਾਂ ਆਗੂਆਂ ਦੇ ਨਾਲ ਮੌਜੂਦ ਰਹੇ। ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਨੇ ਜ਼ਮਾਨਤ ਨੂੰ ਲੈ ਕੇ ਟਿੱਪਣੀ ਇਹ ਕੀਤੀ ਹੈ ਕਿ ਆਖਿਰ ਸੱਚ ਦੀ ਜਿੱਤ ਹੋ ਗਈ ਹੈ। ਭਾਜਪਾ ਨੇ ਤਾਂ ਬੜਾ ਜ਼ੋਰ ਲਾਇਆ ਕਿ ਸਿਸੋਦੀਆ ਨੂੰ ਅੰਦਰ ਹੀ ਰੱਖਿਆ ਜਾਵੇ, ਪਰ ਆਖਿਰ ਸੱਚ ਦੀ ਜਿੱਤ ਹੋ ਕੇ ਰਹਿੰਦੀ ਹੈ। ਇਸੇ ਕਰਕੇ ਹੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ। ਅੱਗੇ ਵੱਧਦੇ ਹਾਂ। ਦਿੱਲੀ ਦੇ ਵਿੱਚ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਹੈ। ਹੁਣ ਆਪ ਦੇ ਦਿੱਲੀ ਦੇ 5 ਕਾਉਂਸਲਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ, ਜਿਸ ਨੂੰ ਕਿ ਇੱਕ ਵਾਰ ਫਿਰ ਤੋਂ ਆਪਰੇਸ਼ਨ ਲੋਟਸ ਦਾ ਨਾਮ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਜਾ ਸਕਦਾ ਹੈ। ਅਤੇ ਭਾਰਤੀ ਜਨਤਾ ਪਾਰਟੀ ਆਖਦੀ ਹੈ ਕਿ ਆਪ ਦੇ ਵਿੱਚ ਹੁਣ ਕੋਈ ਵੀ ਰਹਿਣਾ ਨਹੀਂ ਚਾਹੁੰਦਾ। ਗੱਲ ਚੋਣਾਂ ਦੀ ਕੀਤੀ ਜਾਵੇ ਤਾਂ ਚੋਣਾਂ ਦੀ ਤਿਆਰੀ ਧੜਾ ਧੜ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ, ਭਾਵੇਂ ਕਿਸੇ ਵੀ ਸੂਬੇ ਦੇ ਵਿੱਚ ਚੋਣਾਂ ਕਿਉਂ ਨਾ ਹੋਣ। ਆਪ ਆਖਦੀ ਹੈ ਅਸੀਂ ਰਾਸ਼ਟਰੀ ਪਾਰਟੀ ਹਾਂ, ਅਸੀਂ ਕੋਈ ਵੀ ਸੂਬਾ ਨਹੀਂ ਛੱਡਣਾ। ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੈ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 7 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। 7 ਉਮੀਦਵਾਰਾਂ ਦੀ ਸੂਚੀ ਆਮ ਆਦਮੀ ਪਾਰਟੀ ਦੇ ਵੱਲੋਂ ਜੰਮੂ ਕਸ਼ਮੀਰ ਲਈ ਜਾਰੀ ਵੀ ਕਰ ਦਿੱਤੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਬਾਰਡਰ ਸਿਕਿਉਰਿਟੀ ਫੋਰਸ BSF ਦੇ ਵੱਲੋਂ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਇੱਕ ਹੋਰ ਬਟਾਲੀਅਨ ਦੀ ਮੰਗ ਕਰ ਲਈ ਗਈ ਹੈ। ਜਾਣਕਾਰੀ ਦੇ ਮੁਤਾਬਕ ਇਸ ਵੇਲੇ ਪੰਜਾਬ ਦੀਆਂ ਸਰਹੱਦਾਂ ਜਿਹੜੀਆਂ ਕਿ ਪਾਕਿਸਤਾਨ ਦੇ ਨਾਲ ਲੱਗਦੀਆਂ ਨੇ, ਉਹਨਾਂ 'ਤੇ 20 ਬਟਾਲੀਅਨਾਂ ਇਸ ਵੇਲੇ ਤੈਨਾਤ ਹਨ। ਅਤੇ ਇੱਕ ਹੋਰ ਬਟਾਲੀਅਨ ਦੀ ਮੰਗ BSF ਦੇ ਵੱਲੋਂ ਕੀਤੀ ਗਈ ਹੈ। ਉਹ ਕਿਉਂ? ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਦੇ ਵਿੱਚ ਸਰਹੱਦ ਪਾਰੋਂ ਡਰੋਨਾਂ ਦੇ ਜ਼ਰੀਏ ਹੁੰਦੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਘੁਸਪੈਠ ਨੂੰ ਨੱਥ ਪਾਉਣ ਲਈ ਇਹ ਵਧੀਕ ਬਟਾਲੀਅਨਾਂ ਦੀ ਤੈਨਾਤੀ ਦੀ ਮੰਗ ਕੀਤੀ ਗਈ ਹੈ। BSF ਦੇ ਕੋਲ 500 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ ਲਈ ਇਸ ਵੇਲੇ 20 ਬਟਾਲੀਅਨਾਂ ਨੇ, ਜਿਨ੍ਹਾਂ ਦੇ ਵਿੱਚੋਂ 18 ਬਟਾਲੀਅਨਾਂ ਸਰਹੱਦ 'ਤੇ ਤੈਨਾਤ ਨੇ, ਜਦਕਿ ਜਿਹੜੀਆਂ 2 ਹਨ ਉਹ ਅੰਮ੍ਰਿਤਸਰ ਦੇ ਵਿੱਚ ਅਟਾਰੀ ਜਿਹੜੀ ਚੈੱਕ ਪੋਸਟ ਹੈ ਉੱਥੇ ਤੈਨਾਤ ਹੈ, ਅਤੇ ਦੂਜੀ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਲਾਂਘੇ 'ਤੇ ਤੈਨਾਤ ਹੈ। ਭਾਵ 2 ਬਟਾਲੀਅਨਾਂ ਇੱਧਰ ਤੈਨਾਤ ਹਨ। 18 ਦੇ ਵੱਲੋਂ ਬਾਰਡਰਾਂ ਦੀ ਰਾਖੀ ਕੀਤੀ ਜਾ ਰਹੀ ਹੈ ਅਤੇ ਹੋਰ ਬਟਾਲੀਅਨਾਂ ਦੀ ਮੰਗ BSF ਦੇ ਵੱਲੋਂ ਰੱਖ ਦਿੱਤੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। NRI ਅੰਮ੍ਰਿਤਸਰ ਦੇ ਦਬੁਰਜੀ ਪਿੰਡ ਦੇ ਵਿੱਚ ਅਮਰੀਕਾ ਦੇ ਇੱਕ NRI ਦੇ ਘਰ ਵੜ ਕੇ ਕੁਝ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਉਸ ਮਸਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। 5 ਗ੍ਰਿਫਤਾਰ ਕਰ ਲਏ ਹਨ, ਜਿਨ੍ਹਾਂ ਦੇ ਵਿੱਚੋਂ ਇੱਕ NRI ਜੋ ਕਿ ਪੀੜਿਤ ਹੈ, ਜਿਸ 'ਤੇ ਹਮਲਾ ਹੋਇਆ ਹੈ, ਉਸਦਾ ਸਾਬਕਾ ਸਹੁਰਾ ਹੈ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਕਿਉਂਕਿ ਪਹਿਲਾਂ ਹੀ ਪੁਲਿਸ ਨੇ ਇਹ ਸ਼ੱਕ ਪ੍ਰਗਟ ਕੀਤਾ ਸੀ ਕਿ ਪਰਿਵਾਰਕ ਮੈਂਬਰ ਆਖ ਰਹੇ ਨੇ ਕਿ ਸੁਖਚੈਨ ਸਿੰਘ ਦੀ ਜੋ ਪਹਿਲੀ ਪਤਨੀ ਸੀ ਉਸਦੇ ਵੱਲੋਂ ਆਪਣੀ ਜਾਨ ਲੈ ਲਈ ਗਈ ਸੀ, ਅਤੇ ਉਹ ਪਰਿਵਾਰ ਪਹਿਲੀ ਪਤਨੀ ਦਾ ਪਰਿਵਾਰ ਧਮਕੀਆਂ ਦਿੰਦਾ ਰਹਿੰਦਾ ਸੀ, ਉਹਨਾਂ ਨੇ ਹੀ ਹਮਲਾ ਕਰਵਾਇਆ। ਹੋ ਸਕਦਾ ਹੈ ਪੁਲਿਸ ਇਸੇ ਦੀ ਹੀ ਜਾਂਚ ਅੱਗੇ ਵਧਾ ਰਹੀ ਸੀ। ਹੁਣ ਪੁਲਿਸ ਆਖਦੀ ਹੈ ਸਾਨੂੰ ਜੋ ਕੁਝ ਪਤਾ ਲੱਗਾ ਹੈ ਉਸਦੇ ਆਧਾਰ 'ਤੇ ਅਸੀਂ 5 ਵਿਅਕਤੀ ਗ੍ਰਿਫਤਾਰ ਕੀਤੇ ਨੇ, ਇੱਕ ਸਹੁਰਾ ਕਰ ਲਿਆ ਹੈ। ਇਸ ਤੋਂ ਇਲਾਵਾ 4 ਵਿਅਕਤੀ ਹੋਰ ਗ੍ਰਿਫਤਾਰ ਕੀਤੇ ਗਏ ਨੇ। ਇਹਨਾਂ 4 ਦੇ ਵਿੱਚ
ਦੋ ਤਾਂ ਉਹ ਨੇ ਜਗਜੀਤ ਸਿੰਘ ਚਮਕੌਰ ਸਿੰਘ ਜਿਨ੍ਹਾਂ ਨੇ ਇਹਨਾਂ ਸ਼ੂਟਰਾਂ ਨੂੰ ਪਨਾਹ ਦਿੱਤੀ ਤਰਨ ਤਾਰਨ ਦੇ ਵਿੱਚ, ਅਤੇ ਦੋ ਦਿਬਾਂਗਰ ਅਤੇ ਅਭਿਲਾਸ਼ ਇਹ ਹੋਟਲ ਵਾਲੇ ਨੇ ਜਿਨ੍ਹਾਂ ਨੇ ਸ਼ੂਟਰਾਂ ਨੂੰ ਕਮਰਾ ਦਿੱਤਾ ਬਿਨਾਂ ਪ੍ਰੂਫ ਲਏ, ਆਈਡੈਂਟੀ ਪ੍ਰੂਫ ਪਛਾਣ ਪੱਤਰ ਲਏ ਬਿਨਾਂ ਹੀ ਇਹਨਾਂ ਦੇ ਵੱਲੋਂ ਸ਼ੂਟਰਾਂ ਨੂੰ ਕਮਰੇ ਦਿੱਤੇ ਗਏ ਸਨ। ਇਸੇ ਕਰਕੇ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੂਟਰ ਫਰਾਰ ਨੇ ਦੋਵੇਂ ਹੀ, ਉਹਨਾਂ ਦੇ ਵਿੱਚੋਂ ਅਜੇ ਤੱਕ ਇੱਕ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਪੁਲਿਸ ਨੇ ਜਾਣਕਾਰੀ ਦਿੱਤੀ, ਆਖਦੇ ਨੇ ਪਛਾਣ ਹੋ ਗਈ ਹੈ, ਪਤਾ ਲੱਗ ਗਿਆ ਹੈ ਕੌਣ ਕਿਹੜਾ ਹੈ, ਕੀ ਉਸਦਾ ਬੈਕਗਰਾਊਂਡ ਹੈ। ਦੋਵੇਂ ਕ੍ਰਿਮੀਨਲ ਬੈਕਗਰਾਊਂਡ ਦੇ ਨੇ, ਦੋਵਾਂ 'ਤੇ ਕਾਫੀ ਪਰਚੇ ਨੇ ਅਤੇ ਉਹ ਜੇਲ੍ਹਾਂ ਦੇ ਵਿੱਚ ਵੀ ਰਹਿ ਕੇ ਆ ਚੁੱਕੇ ਹਨ। ਛੇਤੀ ਹੀ ਉਹਨਾਂ ਨੂੰ ਵੀ ਫੜ ਲਿਆ ਜਾਵੇਗਾ, ਅਤੇ ਜੋ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰ ਹਨ ਕੁਝ ਹੋਰ, ਉਹਨਾਂ 'ਤੇ ਵੀ ਪਰਚੇ ਦਰਜ ਕੀਤੇ ਗਏ ਨੇ, ਜਿਵੇਂ ਕਿ ਸਾਲਾ, ਸਾਲੀ ਅਤੇ ਸੱਸ, ਉਹਨਾਂ 'ਤੇ ਵੀ ਪਰਚੇ ਦਰਜ ਕਰ ਲਏ ਗਏ ਹਨ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ। ਪੁਲਿਸ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਛੇਤੀ ਹੀ ਇਹ ਸਾਰੇ ਮਸਲੇ ਨੂੰ ਨਿਬੇੜ ਦਿੱਤਾ ਜਾਵੇਗਾ, ਅਤੇ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਜਿਸ 'ਤੇ ਹਮਲਾ ਹੋਇਆ NRI ਸੁਖਚੈਨ ਸਿੰਘ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ, ਫਿਲਹਾਲ ਉਹਨਾਂ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਸਿਆਸਤ ਦੀ ਗੱਲ ਕਰਦੇ ਹਾਂ। ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵੱਲੋਂ ਅਕਾਲੀ ਦਲ ਛੱਡ ਦਿੱਤਾ ਗਿਆ ਹੈ। ਕਾਫੀ ਦੇਰ ਤੋਂ ਚਰਚਾਵਾਂ ਹਨ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ, ਪਰ ਉਹ ਤਾਂ ਅਕਾਲੀ ਦਲ ਦੇ ਲੀਡਰ ਸੀ। ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਸੀ ਅਤੇ ਆਖਿਰਕਾਰ ਡਿੰਪੀ ਢਿੱਲੋਂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਗਿਆ। ਇੱਕ ਵੀਡੀਓ ਉਹਨਾਂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਪਾਈ, ਜਿਸ ਦੇ ਵਿੱਚ ਉਹਨਾਂ ਨੇ ਕਾਰਨ ਦੱਸਿਆ। ਆਖਦੇ ਨੇ ਮਨਪ੍ਰੀਤ ਬਾਦਲ ਦੇ ਵੱਲੋਂ ਮੇਰੇ ਹਲਕੇ ਦੇ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਨੇ, ਮਨਪ੍ਰੀਤ ਬਾਦਲ ਨੂੰ ਚੋਣ ਲੜਾਉਣੀ ਹੈ ਸੁਖਬੀਰ ਬਾਦਲ ਨੇ, ਮੈਨੂੰ ਟਿਕਟ ਨਹੀਂ ਦੇਣੀ, ਇਸ ਕਰਕੇ ਫਿਰ ਮੈਂ ਅਕਾਲੀ ਦਲ 'ਚ ਕੀ ਕਰਨਾ, ਘੁੱਟਣ ਮਹਿਸੂਸ ਕਰਨ ਲੱਗ ਪਿਆ ਮੈਂ, ਇਸ ਕਰਕੇ ਮੈਂ ਅਕਾਲੀ ਦਲ ਛੱਡ ਦਿੱਤਾ ਹੈ। ਡਿੰਪੀ ਢਿੱਲੋਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ, ਜਾਣਕਾਰੀ ਦਿੱਤੀ ਗਈ। ਹੁਣ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਢਿੱਲੋਂ ਨੂੰ ਆਪਣੀ ਪਾਰਟੀ ਦੇ ਵਿੱਚ ਲਿਆਂਦਾ ਜਾਵੇਗਾ, ਉਮੀਦਵਾਰ ਬਣਾਇਆ ਜਾਵੇਗਾ, ਚੋਣ ਲੜਾਈ ਜਾਵੇਗੀ, ਅਤੇ ਉਹ ਉਪਚੋਣਾਂ ਦੇ ਵਿੱਚ ਜ਼ਿਆਦਾਤਰ ਸਰਕਾਰਾਂ ਹੀ ਜਿੱਤਦੀਆਂ ਹੁੰਦੀਆਂ ਨੇ। ਜੋ ਫਾਰਮੂਲਾ ਪਹਿਲੀਆਂ ਉਪਚੋਣਾਂ ਦੇ ਵਿੱਚ ਵਰਤਿਆ, ਜਿਵੇਂ ਕਿ ਸੁਸ਼ੀਲ ਰਿੰਕੂ ਨੂੰ ਲਿਆ ਕੇ ਚੋਣ ਲੜਾਈ ਸੀ, ਉਸ ਤੋਂ ਬਾਅਦ ਜਿਹੜੇ ਮਹਿੰਦਰ ਭਗਤ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਉਪਚੋਣ ਲੜਾਈ ਸੀ, ਗਿੱਦੜਬਾਹਾ ਦੇ ਵਿੱਚ ਵੀ ਉਹੀ ਫਾਰਮੂਲਾ ਆਮ ਆਦਮੀ ਪਾਰਟੀ ਦੇ ਵੱਲੋਂ ਵਰਤਿਆ ਜਾ ਸਕਦਾ ਹੈ, ਪਰ ਅਕਾਲੀ ਦਲ ਦੇ ਲਈ ਇਹ ਇੱਕ ਤਕੜਾ ਝਟਕਾ ਜ਼ਰੂਰ ਆਖਿਆ ਜਾ ਸਕਦਾ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਕੇਂਦਰ ਸਰਕਾਰ ਦੇ ਵਿੱਚ ਰਾਜ ਮੰਤਰੀ ਰਵਨੀਤ ਬਿੱਟੂ, ਉਹ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਸਿਰੋਂ ਪਾਉ ਵੀ ਭੇਟ ਕੀਤਾ, ਅਤੇ ਜੋ ਰਵਾਇਤੀ ਪੁਸ਼ਾਕਾ ਹੁੰਦਾ ਹੈ ਉਹ ਵੀ ਰਵਨੀਤ ਬਿੱਟੂ ਨੂੰ ਪਹਿਨਾਇਆ ਗਿਆ, ਅਤੇ ਸਿਰ 'ਤੇ ਪੱਗ ਬੰਨਣ ਦਾ ਕੰਮ ਵੀ ਗੁਰਦੁਆਰਾ ਦੇ ਪ੍ਰਬੰਧਕਾਂ ਦੇ ਵੱਲੋਂ ਕੀਤਾ ਗਿਆ। ਇਸ ਨੂੰ ਲੈ ਕੇ ਅਕਾਲੀ ਦਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਪਰਮਬੰਸ ਸਿੰਘ ਬੰਟੀ ਰੁਮਾਣਾ ਉਹ ਆਖਦੇ ਨੇ ਇਹੀ ਕੁਝ ਹੋਣਾ ਹੈ, ਜੇਕਰ ਭਾਜਪਾ ਨੂੰ ਆਪਣੇ ਗੁਰੂ ਘਰਾਂ 'ਤੇ ਕਾਬਜ਼ ਹੋਣ ਦਿੱਤਾ ਜਾਵੇਗਾ ਇਹੀ ਕੁਝ ਹੋਵੇਗਾ, ਸਿੱਖਾਂ ਦੇ ਕਾਤਲਾਂ ਦੇ ਪਰਿਵਾਰਾਂ ਨੂੰ ਗੁਰੂ ਘਰਾਂ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਤਾਂ ਪਹਿਲਾਂ ਹੀ ਪਤਾ ਸੀ ਕਿ ਅਜਿਹਾ ਹੀ ਕੁਝ ਹੋਵੇਗਾ, ਜੇਕਰ ਭਾਜਪਾ ਗੁਰੂ ਘਰਾਂ 'ਤੇ ਕਾਬਜ਼ ਹੋਵੇਗੀ ਤਾਂ। ਇਹ ਬਹੁਤ ਤਿੱਖੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਦੇ ਜ਼ਰੀਏ ਪਰਮਬੰਸ ਸਿੰਘ ਬੰਟੀ ਰੁਮਾਣਾ ਦੇ ਵੱਲੋਂ ਦਿੱਤੀ ਗਈ ਹੈ।
ਅੱਗੇ ਵਧਦੇ ਹਾਂ। 3704 ਅਧਿਆਪਕ ਯੂਨੀਅਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਨੇ, ਇਸ ਕਰਕੇ ਹੁਣ 3 ਸਤੰਬਰ ਵਾਲੇ ਦਿਨ ਅਸੀਂ ਵਿਧਾਨ ਸਭਾ ਦਾ ਘਿਰਾਓ ਕਰਾਂਗੇ, ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਜਾ ਕੇ ਪ੍ਰਚਾਰ ਕਰਾਂਗੇ। ਇਹ ਝੂਠੇ ਨੇ, ਇਹਨਾਂ ਦੀ ਗੱਲ ਨਾ ਮੰਨਿਓ, ਇਹਨਾਂ ਨੂੰ ਵੋਟਾਂ ਨਾ ਪਾਇਓ। ਪੰਜਾਬ ਦੇ ਵਿੱਚ ਜਿੱਥੇ ਵੀ ਭਗਵੰਤ ਮਾਨ ਜਾਣਗੇ ਕਾਲੀਆਂ ਝੰਡੀਆਂ ਦੇ ਨਾਲ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ। 3704 ਅਧਿਆਪਕ ਯੂਨੀਅਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ। ਆਖਦੇ ਨੇ ਜੋ ਸਾਡੀਆਂ ਮੰਗਾਂ ਨੇ ਸਰਕਾਰ ਆਖਦੀ ਹੈ ਮੰਨ ਲਵਾਂਗੇ, ਮੀਟਿੰਗਾਂ ਦੇ ਕੇ ਮੁੱਖ ਮੰਤਰੀ ਮੁੱਕਰ ਜਾਂਦੇ ਨੇ, ਇਸੇ ਕਰਕੇ ਹੀ ਅਸੀਂ ਹੁਣ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਨ ਜਾ ਰਹੇ ਹਾਂ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਬਿਜਲੀ ਮਹਿਕਮੇ ਦੇ ਵੱਲੋਂ ਬਿਜਲੀ ਚੋਰਾਂ ਦੇ ਖਿਲਾਫ ਸਖਤਾਈ ਵਧਾ ਦਿੱਤੀ ਗਈ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਜਾਣਕਾਰੀ ਦਿੱਤੀ ਹੈ ਕਿ 5 ਜ਼ੋਨਾਂ ਦੀ ਚੈਕਿੰਗ ਕੀਤੀ ਗਈ ਹੈ। 2075 ਕੇਸ ਬਿਜਲੀ ਚੋਰੀ ਦੇ ਫੜੇ ਗਏ ਨੇ, ਜਿਨ੍ਹਾਂ ਨੂੰ 4.64 ਕਰੋੜ ਦਾ ਜੁਰਮਾਨਾ ਮਹਿਕਮੇ ਦੇ ਵੱਲੋਂ ਠੋਕ ਦਿੱਤਾ ਗਿਆ ਹੈ। ਵੱਡਾ ਜੁਰਮਾਨਾ ਠੋਕਿਆ ਹੈ। ਹਰਭਜਨ ਸਿੰਘ ETO ਆਖਦੇ ਨੇ ਇਹ ਚੈਕਿੰਗ ਅੱਗੇ ਵੀ ਚੱਲਦੀ ਰਹੇਗੀ। ਕਿਹੜੇ ਜ਼ੋਨਾਂ ਦੇ ਵਿੱਚ ਇਹ ਚੈਕਿੰਗ ਸਰਕਾਰ ਦੇ ਵੱਲੋਂ ਮਹਿਕਮੇ ਦੇ ਵੱਲੋਂ ਕੀਤੀ ਗਈ ਹੈ? ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਜਲੰਧਰ ਅਤੇ ਪਟਿਆਲਾ, ਅਤੇ ਉੱਥੇ 2000 ਤੋਂ ਵੱਧ ਇਹ ਕੇਸ ਫੜੇ ਗਏ ਨੇ ਚੋਰੀ ਦੇ। ਚੈੱਕ ਕਿੰਨੇ ਕੀਤੇ? 28,487 ਬਿਜਲੀ ਦੇ ਕਨੈਕਸ਼ਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਦੇ ਵਿੱਚੋਂ 2075 ਇਹ ਬਿਜਲੀ ਚੋਰੀ ਦੇ ਕੇਸ ਫੜੇ ਗਏ, ਕਰੋੜਾਂ ਰੁਪਈਆ ਉਹਨਾਂ ਨੂੰ ਜੁਰਮਾਨਾ ਵੀ ਠੋਕ ਦਿੱਤਾ ਗਿਆ। ਚੈਕਿੰਗਾਂ ਜਾਰੀ ਰਹਿਣਗੀਆਂ, ਮੰਤਰੀ ਨੇ ਐਲਾਨ ਕਰ ਦਿੱਤਾ ਹੈ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ, ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ TV, ਹਰ ਖਬਰ ਦਾ ਸੱਚ।